ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਜੀ ਉਸ ਦੀ ਜਿਹੜੀ ਭੂਮਿਕਾ ਸੀ ਉਹ ਬਹੁਤ ਵਧੀਆ ਭੂਮਿਕਾ ਸੀ। ਬਹੁਤ ਬੜੀ ਲੜਾਈ ਲੜੀ ਹੈ ਨਾ। ਜਿਹੜੇ ਮੁੱਖ ਮੰਤਰੀ ਸਾਹਿਬ ਦੇ ਆਪਣੇ ਕੰਮ ਸੀਗੇ ਜਿਹੜੇ ਇਹਨਾਂ ਨੇ ਕਿਹਾ ਸੀ ਉਹ ਤੇ ਅਮਲ ਨਹੀਂ ਕੀਤਾ। ਸਰ ਅੱਜ ਹੀ ਬਾਕੀ ਸਾਰੇ ਮੰਨਦੇ ਕਿਉਂਕਿ ਅੱਜ ਜਿਹੜੀਆਂ ਆਪਣੀਆਂ ਸੀਟਾਂ ਆਈਆਂ ਨੇ ਉਹ ਆਪਣੀਆਂ ਘਟੀਆਂ ਨੇ। ਇਹ ਸਿਰਫ ਮੁੱਖ ਮੰਤਰੀ ਚੱਲਦੀ ਚੱਲੀ ਜੀ ਪੀ ਜੀ ਫੀਡਬੈਕ ਕੀ ਹੈ ਜੀ? ਕਿਉਂਕਿ ਜੋ ਮੁੱਖ ਮੰਤਰੀ ਨੇ ਗੱਲ ਕੀਤੀ ਵੀ 36,000 ਮੁਲਾਜ਼ਮ ਪੱਕੇ ਕਰਨ ਦੀ ਗੱਲ ਕੀਤੀ, ਰੇਤਾ ਸਸਤਾ ਦੀ ਗੱਲ ਕੀਤੀ ਸੀਗੀ, ਲਾਲ ਡੋਰੇ ਦੀਆਂ ਜ਼ਮੀਨਾਂ ਲੋਕਾਂ ਨੂੰ ਦੇਣ ਦੀ ਗੱਲ ਕੀਤੀ ਸੀ, ਪਲਾਟ ਦੇਣ ਦੀ ਗੱਲ ਕੀਤੀ ਸੀ, ਲੇਕਿਨ ਬਹੁਤ ਘੱਟ ਇਹ ਚੀਜ਼ 'ਤੇ ਅਮਲ ਹੋਇਆ ਤਾਂ ਹੀ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਅਤੇ ਬਾਕੀ ਇਹ ਬਹੁਤ ਵੱਡਾ ਹੋ ਰਿਹਾ। ਹਰੀਸ਼ ਚੌਧਰੀ ਨੂੰ ਇਹੀ ਫੀਡਬੈਕ ਦੇਵਾਂਗੇ ਕਿਉਂਕਿ ਜਦੋਂ ED ਦਾ ਛਾਪਾ ਪੈਂਦਾ ਤਾਂ ED ਉਹਦੇ ਭਾਂਜੇ ਦੇ ਘਰੋਂ 10 ਕਰੋੜ ਫੜਿਆ ਜਾਂਦਾ ਤਾਂ ਉਹ 'ਚ ਕੀ ਮੈਸੇਜ ਆਊਗਾ? ਇਹਨੂੰ ਜਿਹੜਾ CM ਡਿਕਲੇਅਰ ਜਿਹੜਾ ਕਰਨਾ ਹਾਈਕਮਾਂਡ ਦਾ ਬਹੁਤ ਮਹਿੰਗਾ ਇੱਕ ਮਿੰਟ। ਜੋ ਚਰਨਜੀਤ ਸਿੰਘ ਚੰਨੀ ਕੋ ਰਾਹੁਲ ਗਾਂਧੀ ਨੇ CM ਫੇਸ ਵੀ ਪਿੱਕ ਕੀਤਾ ਤਾਂ ਪਹਿਲੇ ਵੀ ਪਾਰਟੀ ਹਾਈਕਮਾਂਡ ਕਹੀਂ ਨਾ ਕਹੀਂ ਲੱਗਦਾ ਹੈ ਕਿ ਕੱਲ੍ਹ ਜਾਖੜ ਸਾਹਿਬ ਵੀ ਬੋਲੇ ਕਿ ਪਾਰਟੀ ਹਾਈਕਮਾਂਡ ਕੋ ਮਿਸਗਾਈਡ ਕੀਆ ਗਿਆ। ਆਪਕੋ ਲੱਗਦਾ ਹੈ ਕਿ ਮਿਸਗਾਈਡ ਕੀਆ ਗਿਆ ਔਰ ਪਾਰਟੀ ਹਾਈਕਮਾਂਡ ਨੂੰ ਮਿਸਲੀਡ ਕੀਤਾ ਗਿਆ? ਕਿਉਂਕਿ ਸਹੀ ਮਾਇਨਿਆਂ 'ਚ ਇਹ ਚਿਹਰਾ ਨਹੀਂ ਸੀ ਚਾਹੀਦਾ। ਜੇ ਜਿਹੜਾ ਯਾਰ 111 ਦੀ ਨੱਚਦਾ ਹੀ ਫਿਰੀ ਗਿਆ, ਕੋਈ ਗੱਲ ਨਹੀਂ ਕੀਤੀ। ਬੱਕਰੀਆਂ ਚੋਣ ਦੀ ਗੱਲ ਕੀਤੀ ਗਈ ਹੈ, ਬੱਕਰੀਆਂ ਚੋਣ ਦੀ ਗੱਲ ਕੀਤੀ, ਮੱਝਾਂ ਚੋਣ ਦੀ ਗੱਲ ਕੀਤੀ ਗਈ ਹੈ। ਰਾਹੁਲ ਗਾਂਧੀ ਦੀ ਜੋ ਚੁਆਇਸ ਸੀ ਉਹ ਸਹੀ ਨਹੀਂ ਸੀ? ਬਿਲਕੁਲ ਚੁਆਇਸ ਨਹੀਂ ਸੀ, ਬਿਲਕੁਲ ਸਹੀ। ਮੈਂ ਤਾਂ ਉਹ ਤਾਂ ਚਲੋ ਰੈਲੀ ਚਾਹੀਦੀ, ਇਹ ਵੀ ਗੱਲ ਕਰਾਈ, ਬਿਲਕੁਲ ਚੁਆਇਸ ਸਹੀ ਨਹੀਂ ਸੀ। ਐਕਚੁਲੀ ਕੀ ਹਾਈ ਕਮਾਂਡ ਦੀ, ਕਿਉਂਕਿ ਇਹ ਜਿਹੜੇ ਵਿਚੋਲੇ ਹੁੰਦੇ ਆ ਉਹਨਾਂ ਨੇ ਗੱਲ ਕਰਨੀ ਹੁੰਦੀ ਵੀ ਸਾਨੂੰ ਚਿਹਰਾ ਕਿਹੜਾ ਚਾਹੀਦਾ, ਕਿਉਂਕਿ ਲੋਕਾਂ ਨੇ ਜਿਹੜਾ ਚਰਨਜੀਤ ਚੰਨੀ ਚਿਹਰਾ ਬਿਲਕੁਲ ਪਸੰਦ ਨਹੀਂ ਕੀਤਾ, ਬਿਲਕੁਲ ਪਸੰਦ ਨਹੀਂ ਕੀਤਾ, ਨਾ ਇਹਨਾਂ ਦੇ ਕੰਮ ਪਸੰਦ ਕੀਤਾ। ਮਤਲਬ ਰਾਹੁਲ ਗਾਂਧੀ ਕੀ ਜੋ ਮੇਨ ਚੁਆਇਸ ਸੀ ਉਹ ਗਲਤ ਸੀ? ਬਿਲਕੁਲ ਬਿਲਕੁਲ ਗਲਤ ਸੀ। ਹਮਨੇ ਫੀਡਬੈਕ ਦਿਆ ਥਾ ਵੀ ਇਹ ਜੋ ਚਿਹਰਾ ਹੈ ਬਿਲਕੁਲ ਅੱਛਾ ਨਹੀਂ। ਜੇ ਅਗਰ ਨਵਜੋਤ ਸਿੰਘ ਸਿੱਧੂ ਚਿਹਰਾ ਹੋਤੇ ਤਾਂ ਪੰਜਾਬ ਮੇਂ ਕਮ ਸੇ ਕਮ 50 ਸੀਟਾਂ ਹਮ ਜਿੱਤੇ। ਨਹੀਂ ਉਹ ਚਰਨਜੀਤ ਚੰਨੀ ਕਰਕੇ ਹਾਰੇ, ਚਰਨਜੀਤ ਚੰਨੀ ਜਦੋਂ ਚਿਹਰਾ ਹੀ ਦੇ ਦਿਆ ਤੇ ਨਵਜੋਤ ਸਿੱਧੂ ਵਿਚਾਰਾ ਕਿਆ ਕਰੇਗਾ? तो आपको लगता है जो अंदरूनी कला थी, जो इन फाइटिंग थी, कि वो लगातार आपके इन फाइटिंग क्या, जो हमारे चीफ मिनिस्टर थे उनका भाई ने उनकी बात नहीं मानी तो पूरा पंजाब क्यों मानेगा? उनकी बात एक्चुअली की हाई कमांड की तो जो नीचे वाले हैं, जो हमारे सीनियर हैं, वो बात करेंगे भी क्या हो सकता है। पर लेकिन जो चेहरा दिया है मुख्यमंत्री का चेहरा, चरणजीत चन्नी का चेहरा दिया है, वो बहुत माड़ी करना। अंबिका सोनी कह रहे होते एसेट है पार्टी का, कौन एसेट? अंबिका सोनी ने एसेट देख ही लिया, अपन ये एसेट अपन देख ही लिया भी किन्ने का अपन लोगों ने पसंद किया। क्या यार चीफ मिनिस्टर का काम नचना होंगे? क्या बरसीन बढ़ना होंगे? क्या बकरियां चोना होंगे? ये चीफ मिनिस्टर का काम है। चीफ मिनिस्टर का हेल्थ एजुकेशन जॉब, तीन चीज़ा अपन इग्नोर क्यों किया गया? ਆਪਾਂ ਨੂੰ ਇਗਨੋਰ ਇਸ ਕਰਕੇ ਕੀਤਾ ਗਿਆ ਕਿਉਂਕਿ ਇਹਨਾਂ ਨੇ ਤਿੰਨ ਚੀਜ਼ਾਂ ਦੇ ਕੰਮ ਨਹੀਂ ਕੀਤਾ। ਜੇ ਵੀ ਜੋ ED ਕੀ ਰੇਡ ਹੈ ਉਹ ਬਹੁਤ ਡੇਂਜਰਸ ਗਿਆ ਪੰਜਾਬ ਲਈ। ਜਦੋਂ ED ਦੀ ਰੇਡ ਪੈਂਦੀ ਹੈ 10 ਕਰੋੜ ਉਹਦੇ ਭਾਂਜੇ ਤੋਂ ਫੜਿਆ ਜਾਂਦਾ, ਫਿਰ ਉਹਨੂੰ CM ਡਿਕਲੇਅਰ ਨਹੀਂ ਕਰਨਾ ਚਾਹੀਦਾ ਸੀ ਹਾਈਕਮਾਂਡ ਨੂੰ? ਤਾਂ ਕਹੀਂ ਨਾ ਕਹੀਂ ਲੱਗਦਾ ਹਾਈਕਮਾਂਡ ਨੇ ਗਲਤ ਮੇਰੀ ਗੱਲ ਸੁਣ, ਦਲਿਤ ਆਪਾਂ ਦਲਿਤ ਚੀਫ ਮਿਨਿਸਟਰ ਦਿੱਤਾ, ਪਰ ਦਲਿਤ ਚੀਫ ਮਿਨਿਸਟਰ ਕੇ ਪਾਸ ਇਸਨੇ ਬੰਗਲੇ ਹੈ, ਕੈਪਟਨ ਅਮਰਿੰਦਰ ਸੇ ਜ਼ਿਆਦਾ ਅਮੀਰ ਆਦਮੀ ਹੈ ਦਲਿਤ ਚੀਫ ਮਿਨਿਸਟਰ ਮਾਰਾ, ਕੈਪਟਨ ਅਮਰਿੰਦਰ ਸੇ ਜ਼ਿਆਦਾ। ਆਪ ਸਰ ਨੇ ਕਿਹਾ ਇਹ ਬਾਤ ਪਹਿਲੇ ਕਹੀ ਥੀ? ਮੈਂ ਤਾਂ ਕਹਾ ਮੇਰੀ ਮਾਨੀ ਕਿਉਂ ਨਹੀਂ? ਕਿਉਂਕਿ ਮੇਰੇ ਤੋਂ ਖਿਲਾਫ ਆ ਮੁੱਖ ਮੰਤਰੀ ਤਾਂ ਜੋ ਮੇਰੇ ਅੰਗੇਜ ਟੈਲੀਫੋਨ ਕਰ ਰਹਾ ਤਾਂ ਆਪਣੇ ਬਾਈ ਕੋ ਖੜਾ ਕੀਆ ਹੈ। ਸਰ ਪਹਿਲੇ ਮੈਂ ਕਹਾਂ ਮੈਂ ਕਿਸ ਕੋ ਰਹੂੰ? ਸਰ ਪਹਿਲੇ ਕੈਪਟਨ ਦੇ ਕੈਪਟਨ ਦੇ ਹਾਰ ਦਾ ਠਿਕਰਾ ਫੋੜਿਆ ਜਾ ਰਿਹਾ ਸੀ, ਉਸ ਤੋਂ ਬਾਅਦ ਚੰਨੀ ਜੇ ਮੇਰੀ ਬਾਤ ਸੁਣੋ ਤੇ ਕੈਪਟਨ ਕੋ ਆਮਨਾ ਲਾਇਆ। ਅਗਰ ਕੈਪਟਨ ਕੋ ਲਾਹਾ ਤਾਂ ਜਿਵੇਂ ਜਾਖੜ ਸਾਹਿਬ ਆਪਣੇ ਨਵਜੋਤ ਸਿੰਘ ਸਿੱਧੂ ਤੇ ਉਨਕੋ ਚੀਫ ਮਿਨਿਸਟਰ ਬਣਾਇਆ ਜਾਤਾ ਤੋ ਪੰਜਾਬ ਕੀ ਹਾਲਤ ਆ ਵੋ ਹੋ। ਹਮ ਅੱਛੇ ਦਿਨੋ।